ਆਹ ਹੁਣ ਬੈਸਟ ਦਾ ਰੌਲਾ ਨਹੀਂ, ਆਹ ਦੋ ਸੈਕਟਰ ਦਾ ਰੌਲਾ ਹੈ। ਕੋਠੀ ਬਚਦੀ ਹੈ ਕਿ ਨਹੀਂ ਬਚਦੀ, ਉੱਥੇ ਲੈਣੀ ਪਊਗੀ ਕੋਠੀ, ਆਹ ਕੋਠੀ ਤਾਂ ਖਾਲੀ ਕਰਨੀ ਪਊਗੀ ਸਾਹਿਬ। ਕਿਰਾਏ 'ਤੇ ਲੈ ਲੈਣ ਚਾਹੇ ਪੱਕਾ ਮਕਾਨ ਲੈ ਲੈਣ। ਲੈ ਲੈ, ਮੈਂ ਕਦੇ ਲੈ ਲਈ, ਅੱਜ ਤਾਂ ਮੈਂ ਘਰ ਲੈ ਲਈ ਜਲੰਧਰ ਕਿਰਾਏ, ਜੇ ਲੈ ਵੀ ਲਿਆ ਮੈਂ ਦੱਸ ਦਿੰਦਾ ਤੁਹਾਨੂੰ, ਜਲੰਧਰ ਕਿਰਾਏ 'ਤੇ ਘਰ ਲੈ ਲਿਆ, ਕਿਉਂਕਿ ਇਸ ਘਰ 'ਚੋਂ ਭਗਵੰਤ ਮਾਨ ਨੂੰ ਕੱਢਿਆ ਜਾਊਗਾ ਤਾਂ ਕਰਕੇ। ਮੈਂ ਜਾਕਰ ਸਾਹਿਬ ਨੂੰ ਪੁੱਛਦਾ ਚਾਹੁੰਦਾ, ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ? ਮੁੱਖ ਮੰਤਰੀ ਜੀ ਉੱਥੇ ਕਹਿੰਦੇ ਜਾ ਕੇ ਮਕਾਨ ਲੈ ਰਹੇ ਹੈ। ਮੁੱਖ ਮੰਤਰੀ ਜੀ ਜਲੰਧਰ ਵੈਸਟ ਸੀਟ ਨਹੀਂ ਜਿਤਾਉਣ ਚੱਲੇ, ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਬਚਾਉਣ ਚੱਲੇ ਹੈ, ਕਿਉਂਕਿ ਆਂਚ ਆਈ ਖੜੀ ਹੈ ਸਾਹਿਬ। ਅਤੇ ਮੈਂ ਇਸੇ ਮੰਚ 'ਤੇ ਕਹਿ ਕੇ ਹਟਿਆ ਸੀਗਾ ਜਦੋਂ ਤੁਸੀਂ ਸਾਥੀਆਂ ਨੇ ਪੁੱਛਿਆ ਸੀ ਵੀ ਅਮਿਤ ਸ਼ਾਹ ਜੀ ਕਹਿ ਗਏ। ਅਮਿਤ ਸ਼ਾਹ ਜੀ ਕੁਛ ਨਹੀਂ ਕਹਿ ਗਏ ਸਾਹਿਬ, ਅਮਿਤ ਸ਼ਾਹ ਜੀ ਤਾਂ ਸ਼ੀਸ਼ਾ ਦਿਖਾ ਕੇ ਗਏ ਸੀਗੇ ਵੀ ਤੁਹਾਨੂੰ ਤੁਹਾਡੇ ਵਾਲੇ ਐੱਮ ਐੱਲ ਏ ਸਾਹਿਬ ਆ ਨਹੀਂ ਡੇਗ ਲੈਣਗੇ। ਅਤੇ ਆਹ ਹੁਣ ਵੈਸਟ ਦਾ ਰੌਲਾ ਨਹੀਂ, ਆਹ ਦੋ ਸੈਕਟਰ ਦਾ ਰੌਲਾ ਹੈ। ਕੋਠੀ ਬਚਦੀ ਹੈ ਕਿ ਨਹੀਂ ਬਚਦੀ, ਉੱਥੇ ਲੈਣੀ ਪਊਗੀ ਕੋਠੀ, ਆਹ ਕੋਠੀ ਤਾਂ ਖਾਲੀ ਕਰਨੀ ਪਊਗੀ ਸਾਹਿਬ। ਕਿਰਾਏ 'ਤੇ ਲੈ ਲੈਣ ਚਾਹੇ ਪੱਕਾ ਮਕਾਨ ਲੈ ਲੈਣ, ਆਹ ਕੋਠੀ ਖਾਲੀ ਹੋਊਗੀ, ਮੇਰਾ ਮੰਨਣਾ ਆਹ। ਪਤਾ ਕੀ ਜੀ, ਉਹਨਾਂ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੁਣ, ਦੱਸੋ ਕੀ ਕਰੀਏ। ਉਹ ਤਾਂ ਕਹਿੰਦੇ ਜੀ ਜਿਹੜਾ ਭਗਵੰਤ ਮਾਨ ਜਲੰਧਰ ਜਿਹੜਾ ਕਿਰਾਏ 'ਤੇ ਘਰ ਲੈ ਲਿਆ, ਮੈਂ ਕਦੇ ਲੈ ਲਈ, ਹਜੇ ਤਾਂ ਮੈਂ ਘਰ ਲਿਆ ਨਹੀਂ ਜਲੰਧਰ ਕਿਰਾਏ 'ਤੇ, ਜੇ ਲੈ ਵੀ ਲਿਆ ਮੈਂ ਦੱਸ ਦੂੰਗਾ ਤੁਹਾਨੂੰ, ਜਲੰਧਰ ਕਿਰਾਏ 'ਤੇ ਘਰ ਲੈ ਲਿਆ, ਕਿਉਂਕਿ ਇਸ ਘਰ 'ਚੋਂ ਭਗਵੰਤ ਮਾਨ ਨੂੰ ਕੱਢਿਆ ਜਾਊਗਾ ਹੁਣ ਤਾਂ ਕਰਕੇ। ਮੈਂ ਜਾਖੜ ਸਾਹਿਬ ਨੂੰ ਪੁੱਛਦਾ ਚਾਹੁੰਦਾ, ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ? ਪਹਿਲਾਂ ਤੁਸੀਂ ਫਿਰੋਜ਼ਪੁਰ ਤੋਂ ਕੱਢੇ, ਤੁਸੀਂ ਘਰ ਗੁਰਦਾਸਪੁਰ ਲੈ ਲਿਆ, ਬਾਅਦ 'ਚ ਗੁਰਦਾਸਪੁਰ ਵਾਲਿਆਂ ਨੇ ਤੁਹਾਨੂੰ ਕੱਢਤਾ, ਤੁਸੀਂ ਘਰ ਪੰਜਾਬ ਪੰਚਕੂਲੇ ਲੈ ਲਿਆ, ਤਾਂ ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ, ਹੁਣ ਉਹ ਘਰ ਚੰਨੀ ਨੂੰ ਦੇਤਾ ਜੀ। ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ, ਉੱਥੇ ਤੁਹਾਨੂੰ ਲੱਗਿਆ ਵੀ ਚੱਲ ਹੁਣ ਸ਼ਾਇਦ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ, ਉਹ ਬਿੱਟੂ ਨੂੰ ਦੇਤਾ ਜੀ। ਤੁਸੀਂ ਪਹਿਲਾਂ ਆਪਣੇ ਘਰ ਗਿਣ ਲਓ, ਕਿਰਪਾ ਕਰਕੇ ਮੇਰੇ ਘਰ ਦੀ ਫਿਕਰ ਨਾ ਕਰੋ, ਸਾਰਾ ਪੰਜਾਬ ਹੀ ਮੇਰਾ ਘਰ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਹੂਦੀਆਂ, ਇਹਦੂ ਪਹਿਲਾਂ ਵੀ ਤਿੰਨ ਚਾਰ ਵਾਰੀ ਇੱਦਾਂ ਕਰਾ ਚੁੱਕੇ ਨੇ ਉਹ। ਇੱਕ ਵਾਰੀ ਕਹਿਤਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਝਾਕੀਆਂ 'ਤੇ ਆਪਣੀ ਫੋਟੋ ਲਾ ਲਈ ਸੀ, ਜਦੋਂ ਮੈਂ ਕਿਹਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ, ਲੈ ਕਿਸੇ ਡਿਜ਼ਾਈਨ 'ਚ ਦਿਖਾ ਦਿਓ। ਬਾਅਦ 'ਚ ਜੋ ਪਾਰਟੀ ਵੀ ਮੁੱਕਰ ਗਈ ਫਿਰ ਚੁੱਪ ਕਰਕੇ ਬਹਿ ਗਏ। ਸੋ ਮੈਨੂੰ ਨਹੀਂ ਲੱਗਦਾ ਕਿ ਜਾਖੜ ਸਾਹਿਬ ਜਿਹੜੇ ਨੇ ਉਹ, ਮੈਂ ਤਾਂ ਬਹੁਤ ਸਿਆਣਾ ਪੋਲੀਟੀਸ਼ੀਅਨ ਉਹਨਾਂ ਨੂੰ ਮੰਨਦਾ ਸੀ, ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ, ਉਹ ਕਿਸੇ ਨਾ ਕਿਸੇ ਫਰਸਟ੍ਰੇਸ਼ਨ 'ਚ ਨੇ, ਜਾਂ ਤਾਂ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਹੋ ਰਹੀ, ਜਾਂ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਤਾ ਨਹੀਂ ਕਿਉਂ ਇੱਦਾਂ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਆਹ ਐਂ ਕਰਤਾ, ਇਹਨੂੰ ਐਂ ਨਾ ਕਰੀ। ਉਹਨਾਂ ਪੰਜਾਬ ਸਰਕਾਰ ਸੱਚੀ, ਪੂਰੀ ਸੱਚੀ ਭਾਵਨਾ ਨਾਲ